ਸੰਤ ਜੀ ਧਿਆਨ ਨਾਲ ਚੱਲੋ, ਧਿਆਨ ਨਾਲ ਅੱਗੇ ਪਿੱਛੇ ਹੋ ਕੇ ਚੱਲੋ ਜੀ, ਧੱਕਾ ਨਾ ਮਾਰੋ ਇੱਕ ਦੂਜੇ ਨੂੰ, ਇੱਕ ਦੂਜੇ ਨੂੰ ਧੱਕਾ ਨਾ ਮਾਰੋ ਜੀ, ਆਰਾਮ ਨਾਲ ਚੱਲੋ, ਕਿਸੇ ਬੱਚੇ ਦਾ ਨੁਕਸਾਨ ਹੋ ਜੂਗਾ। ਤਸਵੀਰਾਂ ਤੁਹਾਨੂੰ ਇਸ ਸਮੇਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ, ਜਿੱਥੇ ਕਿ ਹੋਲੇ ਮਹੱਲੇ ਦਾ ਪਾਵਨ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ, ਪਰ ਸੰਗਤ ਦੀ ਇੰਨੀ ਜ਼ਿਆਦਾ ਆਮਦ ਹੈ ਕਿ ਇਸ ਸਮੇਂ ਸੜਕਾਂ ਦੇ ਉੱਤੋਂ ਤੁਰ ਕੇ ਪੈਦਲ ਜਾਣਾ ਵੀ ਮੁਸ਼ਕਿਲ ਹੋ ਚੁੱਕਿਆ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤ ਬਹੁਤ ਮੁਸ਼ਕਿਲ ਦੇ ਨਾਲ ਇਸ ਪਾਸੇ ਤੋਂ ਦੂਸਰੇ ਪਾਸੇ ਕੋਈ ਕਦਮ ਵੀ ਅੱਗੇ ਵਧਾ ਪਾ ਰਹੀ ਹੈ। ਜਿੱਥੇ ਤੱਕ ਕੈਮਰਾ ਦੇਖ ਸਕਦਾ ਹੈ ਤਾਂ ਉੱਥੇ ਤੱਕ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੜਕਾਂ ਦੇ ਉੱਤੇ ਬੇਹੱਦ ਵੱਡੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਹੈ। ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਦੇ ਲਈ ਵੀ ਬੇਹੱਦ ਜਦੋਂ ਜਹਿਦ ਕਰਨੀ ਪੈ ਰਹੀ ਹੈ। ਜਿੱਥੇ ਸੰਗਤ ਦੇ ਵਿੱਚ ਬਜ਼ੁਰਗ ਨੇ ਤਾਂ ਛੋਟੇ ਛੋਟੇ ਬੱਚੇ ਵੀ ਮੌਜੂਦ ਹੈ, ਬੀਬੀਆਂ ਅਤੇ ਭਰਾ। ਸੋ ਪਰ ਇਸ ਰਸਤੇ ਤੋਂ ਅੱਗੇ ਵਧਣ ਦੇ ਲਈ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਤਸਵੀਰਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ, ਜਿੱਥੇ ਕਿ ਸੰਗਤ ਦੀ ਆਮਦ ਇੰਨੀ ਜ਼ਿਆਦਾ ਹੋਈ ਹੈ ਕਿ ਸੜਕਾਂ ਦੇ ਉੱਤੋਂ ਵੀ ਲੰਘਣਾ ਸੰਗਤ ਦਾ ਮੁਸ਼ਕਿਲ ਹੋ ਗਿਆ। ਤਾਂ ਜਿੱਥੇ ਟ੍ਰੈਫਿਕ ਦੇ ਪ੍ਰਬੰਧ ਪੁਲਿਸ ਪ੍ਰਸ਼ਾਸਨ ਕੋਲ ਹੁੰਦੇ ਹੈ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਵੀ ਅਸਮਰੱਥ ਮਹਿਸੂਸ ਹੋ ਰਿਹਾ। ਭਾਅ ਜੀ, ਕਿੰਨੀ ਦੇਰ ਤੋਂ ਤੁਸੀਂ ਇਹ ਅਨਾਊਂਸਮੈਂਟ ਕਰ ਰਹੇ ਹੋ ਵੀ ਧੱਕਾ ਨਾ ਮਾਰੋ, ਲਾਈਨ ਬਣਾ ਕੇ? ਸਾਨੂੰ 10 ਮਿੰਟ ਹੋ ਗਏ ਜੀ, ਅਸੀਂ ਬੇਨਤੀ ਕਰ ਰਹੇ ਹਾਂ ਵੀ ਧੱਕਾ ਮੁੱਕੀ ਨਾ ਕਰੋ, ਕਿਉਂਕਿ ਕਿਹਦਾ ਨੁਕਸਾਨ ਹੋ ਜਾਣਾ ਉਰੇ, ਕਿ ਬੱਚਾ ਕਿਹਦਾ ਨੀਚੇ ਆ ਗਿਆ, ਦੁਬਾਰਾ ਚੱਕਿਆ ਨਹੀਂ ਜਾਣਾ। ਇਹ ਹੈ ਵੀ ਸੰਗਤ ਪੈਦਲ ਹੈ, ਫਿਰ ਵੀ ਗੱਡੀਆਂ ਕਰਕੇ ਹੋ ਗਿਆ ਜ਼ਿਆਦਾ ਥੋੜ੍ਹਾ। ਹਾਂਜੀ, ਕੁਛ ਰਾਸ਼ਨ ਵਾਲੀਆਂ ਟਰਾਲੀਆਂ ਸੀ, ਇੱਕ ਦੋ ਲੰਗਰ ਵਾਲੀਆਂ, ਉਹਨਾਂ ਕਰਕੇ ਜਾਮ ਲੱਗ ਗਿਆ ਸੀਗਾ ਜੀ। ਸੰਗਤ ਦੀ ਆਮਦ ਵੀ ਤੁਹਾਨੂੰ ਲੱਗਦਾ ਵੀ ਇਸ ਵਾਰ ਜ਼ਿਆਦਾ ਹੈ? ਬਹੁਤ ਜ਼ਿਆਦਾ ਜੀ, ਪਹਿਲਾਂ ਨਾਲੋਂ ਬਹੁਤ ਜ਼ਿਆਦਾ। ਹਾਂਜੀ, ਬਹੁਤ ਜ਼ਿਆਦਾ ਜੀ। ਲੱਗਦਾ ਵੀ ਅੱਗੇ ਨੂੰ ਹੋਰ ਵੀ ਤਕੜੇ ਪ੍ਰਬੰਧ ਕਰਨ ਦੀ ਲੋੜ ਪਊਗੀ ਇਸ ਹਿਸਾਬ ਨਾਲ? ਕਰਾਂਗੇ ਜੀ ਸਾਰੇ। ਬਿਲਕੁਲ, ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪ੍ਰਬੰਧ ਵੀ ਕਿਤੇ ਨਾ ਕਿਤੇ, ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿੱਥੇ ਲੰਮੇ ਸਮੇਂ ਤੋਂ ਹਰ ਸਾਲ ਪ੍ਰਬੰਧ ਕੀਤੇ ਜਾਂਦੇ ਹੈ ਤਾਂ ਜਾਣਕਾਰੀ ਪ੍ਰਸ਼ਾਸਨ ਨੂੰ ਜ਼ਰੂਰ ਹੁੰਦੀ ਹੈ, ਪਰ ਅਜਿਹੇ ਹਾਲਾਤ ਕਿਉਂ ਬਣਦੇ ਆ? ਕਿਉਂਕਿ ਕਿਤੇ ਨਾ ਕਿਤੇ ਕਮੀ ਲੱਗ ਰਹੀ ਹੈ। ਸੋ ਹੁਣ ਥਾਣੇ ਦਾ ਜੋ ਗੇਟ ਹੈ ਉਹ ਖੋਲ੍ਹਿਆ ਗਿਆ ਕਿ ਉਸ ਪਾਸੇ ਤੋਂ ਹੀ ਨਿਕਲ ਕੇ ਸੰਗਤ ਕੁਝ ਸਾਈਡ 'ਤੇ ਜਾ ਸਕੇ ਤਾਂ ਕਿ ਇਸ ਭੀੜ ਦੇ ਵਿੱਚੋਂ ਸਾਹ ਮਿਲ ਸਕੇ। ਸੋ ਤੁਸੀਂ ਦੇਖ ਰਹੇ ਹੋ ਕਿ ਹਾਲਾਂਕਿ ਅਲੱਗ ਅਲੱਗ ਗਲੀਆਂ ਦੇ ਵਿੱਚੋਂ ਵੀ ਸੰਗਤ ਨੂੰ ਡਿਵਰਟ ਕੀਤਾ ਗਿਆ, ਗਲੀਆਂ ਦੇ ਵਿੱਚ ਹੋ ਕੇ ਵੀ ਸੰਗਤ ਲੰਘਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਸਮੇਂ ਇੰਨੀ ਜ਼ਿਆਦਾ ਭੀੜ ਹੋ ਚੁੱਕੀ ਹੈ ਕਿ ਭੀੜ ਦੇ ਵਿੱਚ ਕਿਸੇ ਦੇ ਨੁਕਸਾਨ ਦਾ ਵੀ ਅੰਦੇਸ਼ਾ ਲਾਇਆ ਜਾ ਰਿਹਾ। ਸੋ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਨਾਊਂਸਮੈਂਟ ਕਰਕੇ ਬਾਰ ਬਾਰ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਹੈ, ਧੱਕਾ ਨਾ ਮਾਰੋ। ਸੋ ਅਗਲੀ ਵਾਰ ਇਹ ਪ੍ਰਬੰਧ ਪ੍ਰਸ਼ਾਸਨ ਨੂੰ ਬਿਹਤਰ
ਜ਼ਰੂਰ ਕਰਨੇ ਪੈਣਗੇ ਤਾਂ ਕਿ ਅਜਿਹੇ ਹਾਲਾਤ ਨਾ ਬਣ ਸਕਣ। ਸੋ ਤਸਵੀਰਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ, ਜਿੱਥੇ ਕਿ ਬੇਹੱਦ ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਆਉਣ ਦੇ ਚੱਲਦਿਆਂ ਇਸ ਸਮੇਂ ਚੌਂਕੀ ਜੋ ਸ਼੍ਰੀ ਅਨੰਦਪੁਰ ਸਾਹਿਬ ਉਸ ਥਾਂ ਦੇ ਉੱਤੇ ਬਹੁਤ ਜ਼ਿਆਦਾ ਰਸ਼ ਪੈ ਚੁੱਕਿਆ, ਜਿੱਥੇ ਸੰਗਤ ਦਾ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ। ਸੰਗਤ ਜੀ ਧਿਆਨ ਨਾਲ ਚੱਲੋ, ਧਿਆਨ ਨਾਲ ਅੱਗੇ ਪਿੱਛੇ ਹੋ ਕੇ ਚੱਲੋ ਜੀ, ਧੱਕਾ ਨਾ ਮਾਰੋ ਇੱਕ ਦੂਜੇ ਨੂੰ, ਇੱਕ ਦੂਜੇ ਨੂੰ ਧੱਕਾ ਨਾ ਮਾਰੋ ਜੀ, ਆਰਾਮ ਨਾਲ ਚੱਲੋ, ਕਿਸੇ ਬੱਚੇ ਦਾ ਨੁਕਸਾਨ ਹੋ ਜੂਗਾ। ਧੱਕਾ ਨਾ ਮਾਰੋ ਜੀ, ਧੱਕਾ ਨਾ ਮਾਰੋ, ਧੱਕਾ ਨਾ ਮਾਰੋ, ਹੱਥ ਜੋੜ ਕੇ ਬੇਨਤੀ ਹੈ, ਧੱਕਾ ਨਾ ਮਾਰੋ, ਆਰਾਮ ਨਾਲ ਆ ਜਾਓ ਜੀ, ਆਰਾਮ ਨਾਲ, ਧੱਕਾ ਨਾ ਮਾਰੋ ਜੀ, ਧੱਕਾ ਨਾ ਮਾਰੋ, ਆਰਾਮ ਨਾਲ ਚੱਲੋ ਜੀ, ਧੱਕਾ ਨਾ ਮਾਰੋ, ਕਿਸੇ ਬੱਚੇ ਦਾ ਨੁਕਸਾਨ ਹੋ ਜਾਣਾ, ਧੱਕਾ ਨਾ ਮਾਰੋ, ਛੋਟੇ ਛੋਟੇ ਬੱਚੇ ਨੇ ਸਾਰਾ ਕੋਲੇ, ਹਾਂ ਇੱਕ ਲਾਈਨ 'ਚ ਹੋ ਕੇ ਤੁਰਦੇ ਰਹੋ ਆਰਾਮ ਨਾਲ ਜੀ, ਵੀਰੇ ਬੱਚੇ ਨੇ ਇਹਨਾਂ ਕੋਲ ਯਾਰ ਧਿਆਨ ਨਾਲ ਮਾੜਾ, ਧੱਕਾ ਨਾ ਮਾਰਿਓ, ਛੋਟੇ ਬੱਚੇ ਨੇ, ਧਿਆਨ ਨਾਲ ਟਪਾ ਲਓ, ਆਪਣੇ ਭੈਣ ਭਰਾ ਨੇ ਸਾਰੇ ਧਿਆਨ ਨਾਲ ਚੱਲੋ ਜੀ, ਧਿਆਨ ਨਾਲ ਸੰਗਤ ਜੀ, ਧਿਆਨ ਨਾਲ, ਇਹ ਬਾਈ ਜੀ ਦੋ ਲਾਈਨਾਂ 'ਚ ਹੋ ਜਾਓ ਤੁਸੀਂ, ਦੋ ਲਾਈਨਾਂ 'ਚ ਹੋ ਜਾਓ, ਖੁੱਲ ਕੇ ਨਾ ਚੱਲੋ, ਦੋ ਲਾਈਨਾਂ 'ਚ ਹੋ ਜਾਓ ਜੀ, ਦੋ ਦੋ ਲਾਈਨਾਂ 'ਚ ਹੋ ਜਾਓ ਜੀ, ਦੋਵੇਂ ਸਾਡਾਂ 'ਤੇ ਧੱਕੇ ਨਾ ਮਾਰੋ ਜੀ, ਗੱਡੀਆਂ ਜਿਹੜੀਆਂ ਹੈਗੀਆਂ ਉਹ ਵੀ ਕਾਫੀ ਦੇਰ ਤੋਂ ਇਸੇ ਥਾਂ ਦੇ ਉੱਤੇ ਫਸੀਆਂ ਹੋਈਆਂ, ਹਾਲਾਂਕਿ ਇਸ ਰਾਹ ਦੇ ਉੱਤੇ ਕੀ ਗੱਡੀਆਂ ਜਾਂ ਮੋਟਰਸਾਈਕਲ ਹੋਣੇ ਚਾਹੀਦੇ ਆਪਣੇ ਆਪ ਦੇ ਵਿੱਚ, ਇਹ ਵੀ ਵੱਡਾ ਸਵਾਲ ਬਣਦਾ ਜਾ ਰਿਹਾ ਕਿ ਅਗਲੀ ਵਾਰ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਪੈਣਗੇ, ਖਾਸ ਤੌਰ 'ਤੇ ਇਸ ਰੋਡ ਨੂੰ ਜੋ ਕੇਸਗੜ੍ਹ ਸਾਹਿਬ ਵੱਲ ਆਉਂਦਾ ਹੈ, ਸ਼ਹੀਦੀ ਬਾਗ ਸਾਹਿਬ ਗੁਰਦੁਆਰਾ ਸਾਹਿਬ ਤੋਂ ਵਾਲੇ ਪਾਸੇ ਤੋਂ ਇਸ ਰਾਹ ਦੇ ਉੱਤੇ ਅਗਲੀ ਵਾਰ ਜ਼ਰੂਰ ਪ੍ਰਸ਼ਾਸਨ ਨੂੰ ਕੁਝ ਖਾਸ ਪ੍ਰਬੰਧ ਕਰਨੇ ਹੋਣਗੇ, ਕੋਈ ਨਵੀਂ ਰੂਪ ਰੇਖਾ ਬਣਾਉਣੀ ਪਵੇਗੀ ਤਾਂ ਕਿ ਜੋ ਪੈਦਲ ਚੱਲਣ ਵਾਲੀ ਸੰਗਤ ਹੈ ਉਸ ਨੂੰ ਕੋਈ ਦਿੱਕਤ ਨਾ ਆਵੇ। ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਤੋਂ, ਜਿੱਥੇ ਕਿ ਹੋਲਾ ਮਹੱਲਾ ਦੇ ਪਾਵਨ ਤਿਉਹਾਰ ਨੂੰ ਮੁੱਖ ਰੱਖਦੇ ਹੋਇਆਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ, ਅਤੇ ਇਸ ਸਮੇਂ ਸੰਗਤ ਨੂੰ ਪੈਦਲ ਤੁਰ ਕੇ ਵੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਪ੍ਰਸ਼ਾਸਨ ਇਹ ਸਭ ਨੂੰ ਦੇਖਦੇ ਹੋਏ ਅਗਲੀ ਵਾਰ ਤੋਂ ਕਿਸ ਤਰ੍ਹਾਂ ਦੇ ਪ੍ਰਬੰਧ ਕਰਦਾ ਹੈ, ਜੋ ਇੱਕਾ ਦੁੱਕਾ ਗੱਡੀਆਂ ਇਸ ਸੜਕ ਦੇ ਉੱਤੇ ਆਈਆਂ, ਕਿ ਇਹਨਾਂ ਗੱਡੀਆਂ ਨੂੰ ਰੋਕਿਆ ਜਾਵੇਗਾ, ਸੰਗਤ ਦੇ ਲਈ ਬਿਹਤਰ ਲਾਂਘਾ ਬਣ ਸਕੇਗਾ, ਕਿਸ ਤਰ੍ਹਾਂ ਇਹ ਪ੍ਰਬੰਧ ਅਗਲੀ ਵਾਰ ਤੋਂ ਹੋਣਗੇ ਕਿ ਸੰਗਤ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਹ ਜ਼ਰੂਰ ਗੌਰ ਕਰਨ ਵਾਲੀ ਗੱਲ ਰਹੇਗੀ, ਕਿਉਂਕਿ ਭੀੜ ਇੰਨੀ ਜ਼ਿਆਦਾ ਇਸ ਸਮੇਂ ਇਸ ਥਾਂ ਦੇ ਉੱਤੇ ਹੈ ਕਿ ਜਿਸ ਪਾਸੇ ਤੋਂ ਵੀ
ਥੋੜ੍ਹਾ ਜਿਹਾ ਜ਼ੋਰ ਲੱਗਦਾ ਤਾਂ ਸਾਰਾ ਜੋ ਹਜੂਮ ਹੈ ਉਸੇ ਪਾਸੇ ਨੂੰ ਇੱਕ ਦੂਜੇ ਦੇ ਨਾਲ ਹੀ ਤੁਰ ਪੈਂਦਾ। ਸੋ ਅਜਿਹੇ ਹਾਲਾਤ ਤੋਂ ਬਚਣ ਦੇ ਲਈ, ਅਜਿਹੇ ਹਾਲਾਤਾਂ ਤੋਂ ਨਜਿੱਠਣ ਦੇ ਲਈ ਪ੍ਰਸ਼ਾਸਨ ਅਗਲੀ ਵਾਰ ਤੋਂ ਕਿਸ ਤਰ੍ਹਾਂ ਦੇ ਪ੍ਰਬੰਧ ਕਰਦਾ, ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।